ਸਰ ਅਸੀਂ ਆਪਣੇ ਘਰ ਬੈਠੇ ਹਾਂ, ਦੋ ਮੇਰੇ ਬੱਚੇ ਅਤੇ ਤੀਜੀ ਮੇਰੀ ਵਾਈਫ ਦੀ। ਮੈਂ ਕੋਈ 6 ਵਜੇ ਕੰਮ ਤੋਂ ਆ ਜਾਂਦਾ, ਮੈਂ ਰਿਕਸ਼ਾ ਚਲਾਉਂਦਾ। ਮੇਰੇ ਕੋਈ ਕਿਸੇ ਨਾਲ ਕੋਈ ਝਗੜਾ ਨਹੀਂ ਹੈਗਾ, ਕੋਈ ਲੜਾਈ ਨਹੀਂ ਹੈਗਾ। ਮੈਂ 6 ਵਜੇ 5:30-6 ਦੇ ਕਰੀਬ ਮੈਂ ਕੰਮ ਤੋਂ ਆ ਕੇ ਅਸੀਂ ਆਪਣੇ ਘਰ ਬੈਠੇ ਚਾਹ ਪੀਣ ਡੇ ਹਾਂ। ਉੱਧਰੋਂ ਮੁੰਡੇ ਦੋ ਆ ਕੇ ਕੰਧ ਟੱਪ ਕੇ ਦੌੜੇ ਦੌੜੇ ਸਾਡ ਮੇਰੇ ਘਰ ਵਰ ਗਏ। ਉਹਨਾਂ ਦੀ ਕਿਤੇ ਦੁਪਹਿਰ ਤੋਂ ਲੜਾਈ ਹੋਈ ਸੀ ਉਹਨਾਂ ਦੇ ਨਾਲ, ਕਿਸੇ ਦੂਸਰੀ ਪਾਰਟੀ ਦੇ ਨਾਲ। ਉਹਨਾਂ ਮੁੰਡੇ ਮੇਰੇ ਘਰ ਆ ਗਏ ਲੁਕਣ ਵਾਸਤੇ। ਉਹ ਮੁੰਡੇ ਮਗਰ ਜਿਹੜੀ ਗੈਂਗ ਆ ਰਹੀ ਸੀ, ਉਹਨਾਂ ਸੋਚਿਆ ਵੀ ਇਹ ਇਹਨਾਂ ਦਾ ਘਰ ਆ, ਉਹਨਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ। ਇਹੋ ਗੱਲ ਹੋਈ, ਮੇਰੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ। ਗੋਲੀ 3 ਖੋਲ ਮਿਲੇ ਚੱਲੀਆਂ, 4-5 ਚੱਲੀਆਂ, 3 ਖੋਲ ਮਿਲੇ ਹੈਗੇ ਨੇ। ਲੋਕ ਤਾਂ ਸ਼ਾਮ ਦਾ ਟਾਈਮ ਹੀ ਕੋਈ 5:30-6 ਦਾ ਹਨੇਰਾ ਹੋ ਜਾਂਦਾ। 5 ਮੁੰਡੇ ਹੈਗੇ, 5-6 ਮੁੰਡੇ ਗਾਂਧੀ ਨਗਰ ਕੈਂਪ ਬਟਾਲਾ ਮੁੰਡੇ। ਸਰ ਇੱਕ ਮੁੰਡਾ ਜਿਹੜਾ ਸਾਡੇ ਘਰ ਆਇਆ, ਜਿਹੜਾ ਪਹਿਲਾਂ ਵਰਿਆ ਆ ਕੇ, ਉਹਦੀ ਸਾਨੂੰ ਪਛਾਣ ਆ। ਉਹ ਕੰਧ ਟੱਪ ਕੇ ਉਹਨਾਂ ਦੇ ਨਾਲ, ਮੈਨੂੰ ਨਹੀਂ ਪਤਾ ਉਹਨੇ ਕਿਹਦੇ ਨਾਲ ਉਹਨਾਂ ਦਾ ਝਗੜਾ ਹੋਇਆ ਦਾ, ਕਿਹਨਾਂ ਦੇ ਨਾਲ ਨਹੀਂ, ਉਹ ਉਹਨੂੰ ਪਤਾ ਹੈਗਾ, ਮੈਨੂੰ ਕਿਸੇ ਬੰਦੇ ਦਾ ਨਹੀਂ ਗਾ ਪਤਾ। ਮੇਰੇ ਤੇ ਆ ਮੈਂ ਦਾਤਰ ਦੇ ਨਾਲ ਛਡਾਉਂਦਾ ਰਿਹਾ ਮੁੰਡੇ ਕੋਲ, ਮੈਂ ਉਹਨੂੰ ਕਹਿੰਦਾ ਰਿਹਾ ਕਿ ਭਰਾ ਸਾਡੇ ਝਗੜਾ ਨਹੀਂ ਹੈਗਾ, ਸਾਡੀ ਕੋਈ ਲੜਾਈ ਨਹੀਂ, ਤੁਹਾਡੇ ਨਾਲ ਹੈਗੀ, ਜਿਹਨਾਂ ਨਾਲ ਹੈਗੀ ਤੁਸੀਂ ਉਹਨਾਂ ਨਾਲ ਕਰੋ ਜਾ ਕੇ, ਅਤੇ ਤੁਸੀਂ ਸਾਡੇ ਨਾਲ ਕਿਉਂ? ਇਹਨੇ ਨਾ ਮੈਂ ਉਹਦਾ ਦਾਤਰ ਫੜਿਆ ਅਤੇ ਮੇਰੀ ਲੱਤ ਦੇ ਉੱਤੇ ਉਹਨਾਂ ਕੋਈ ਦੂਜੇ ਨੇ ਬਾਹਰ ਖੜਾ ਸੀ ਗਲੀ ਦੇ ਵਿੱਚ, ਉਹਨੇ ਗੋਲੀ ਮਾਰ। ਪ੍ਰਸ਼ਾਸਨ ਕੋਲ ਕੀ ਮੰਗਣਾ, ਇਨਸਾਫ ਹੀ ਮੰਗਣਾ ਹੈ, ਹੋਰ ਹੀ ਕੀ ਮੰਗਣਾ ਜੀ? ਸਾਨੂੰ ਇਨਸਾਫ ਚਾਹੀਦਾ ਜੀ। ਮੈਂ ਗਰੀਬ ਬੰਦਾ, ਰਿਕਸ਼ਾ ਚਲਾਉਂਦਾ, ਮੇਰੇ 3 ਬੱਚੇ ਆ, ਮੈਂ ਘਰ ਬਹਿ ਕੇ ਆਪਣਾ ਇਲਾਜ ਕਿੱਥੋਂ? ਮੇਰੇ ਬੱਚੇ ਦਾ, ਵੱਡੇ ਬੱਚੇ ਦਾ ਅੱਗੇ ਪੈਰ ਦਾ ਆਪਰੇਸ਼ਨ ਹੋਇਆ, ਮੈਂ ਅੱਗੇ ਕਰਜ਼ਾਈ ਹੋਇਆ ਦਾ, ਨਾ ਮੇਰੇ ਕੋਲ, ਮੈਂ ਮਿਹਨਤ ਕਰਨ ਵਾਲਾ ਬੰਦਾ, ਉਹੀ ਕਮਾਉਣਾ ਅਤੇ ਉਹੀ ਖਾਣਾ, ਨਾ ਮੇਰੇ ਕੋਲ ਇਲਾਜ ਕਰਵਾਉਣ ਜੋਗੇ ਪੈਸੇ ਹੋਣਗੇ, ਨਾ ਮੇਰੀ ਕਿਸੇ ਨੇ ਮਦਦ ਕਰਨੀ। ਹਾਂਜੀ, ਮੇਰੀ ਕੋਈ ਲੜਾਈ ਨਹੀਂ, ਕੋਈ ਦੁਸ਼ਮਣੀ ਨਹੀਂ, ਕੋਈ ਝਗੜਾ ਨਹੀਂ। ਇਹਨਾਂ ਅਸ਼ੋਕ ਕੁਮਾਰ ਪੇਸ਼ੈਂਟ ਆ, ਇਹਦੇ ਕੁੜੀ ਲੱਗੀ ਆ, ਉਹਦੀ ਅਸੀਂ ਡਾਕਟਰ ਸਾਹਿਬ ਨੇ ਉਹਦਾ ਬੇਸਿਕ ਮੁਲਾਜ਼ਾ ਕਰਕੇ ਸਾਨੂੰ ਕੱਟੇ ਦਿੱਤਾ ਅਤੇ ਦੱਸ ਦਿੱਤਾ, ਅਤੇ ਉਹਦੇ ਮੁਤਾਬਕ ਅਸੀਂ ਸਟੇਟਮੈਂਟ ਲਿਖ ਲਈ ਅਤੇ ਬਣਦੀ ਕਾਰਵਾਈ ਜਿਹੜੀ ਅਸੀਂ ਸਟਾਰਟ ਕਰ। ਇਹ ਗਾਂਧੀ ਕੈਂਪ ਦਾ ਸਰ, ਗੋਲੀ ਉਹਦੀ ਰਾਈਟ ਲੈਗ ਦੇ ਗਿੱਟੇ ਲੱਗੇ, ਕੱਲ੍ਹ ਵੀ ਅਸੀਂ ਐਫ ਆਈ ਆਰ ਰਜਿਸਟਰ ਕਰਨਾ। ਅਜੇ ਛੋਟੇ ਨਾਂ ਆ, 100% ਕਲੀਅਰ ਨਹੀਂ ਹੈ, ਬਾਕੀ ਫੈਮਿਲੀ ਨੂੰ ਕਲੀਅਰ ਕਰਕੇ ਅਤੇ ਫਿਰ ਅਸੀਂ ਉਹਨਾਂ ਦੇ ਖਿਲਾਫ਼ ਬਣਦੀ ਕਰਦੇ ਹਾਂ। ਸਰ ਅਸੀਂ ਆਪਣੇ ਘਰ ਬੈਠੇ ਹਾਂ, ਦੋ ਮੇਰੇ ਬੱਚੇ ਅਤੇ ਤੀਜੀ ਮੇਰੀ ਵਾਈਫ ਦੀ। ਮੈਂ ਕੋਈ 6 ਵਜੇ ਕੰਮ ਤੋਂ ਆ ਜਾਂਦਾ, ਮੈਂ ਰਿਕਸ਼ਾ ਚਲਾਉਂਦਾ। ਮੇਰੇ ਕੋਈ ਕਿਸੇ ਨਾਲ ਕੋਈ ਝਗੜਾ ਨਹੀਂ ਹੈਗਾ, ਕੋਈ ਲੜਾਈ ਨਹੀਂ ਹੈਗਾ। ਮੈਂ 6 ਵਜੇ 5:30-6 ਦੇ ਕਰੀਬ ਮੈਂ ਕੰਮ ਤੋਂ ਆ ਕੇ ਅਸੀਂ ਆਪਣੇ ਘਰ ਬੈਠੇ ਚਾਹ ਪੀਣ ਡੇ ਹਾਂ। ਉੱਧਰੋਂ ਮੁੰਡੇ ਦੋ ਆ ਕੇ ਕੰਧ ਟੱਪ ਕੇ ਦੌੜੇ ਦੌੜੇ ਸਾਡੇ ਮੇਰੇ ਘਰ ਵਰ ਗਏ। ਉਹਨਾਂ ਦੀ ਕਿਤੇ ਦੁਪਹਿਰ ਤੋਂ ਲੜਾਈ ਹੋਈ ਸੀ ਉਹਨਾਂ ਦੇ ਨਾਲ, ਕਿਸੇ ਦੂਸਰੀ ਪਾਰਟੀ ਦੇ ਨਾਲ। ਉਹਨਾਂ ਮੁੰਡੇ ਮੇਰੇ ਘਰ ਆ ਗਏ ਲੁਕਣ ਵਾਸਤੇ। ਉਹ ਮੁੰਡੇ ਮਗਰ ਜਿਹੜੀ ਗੈਂਗ ਆ ਰਹੀ ਸੀ, ਉਹਨਾਂ ਸੋਚਿਆ ਵੀ ਇਹ ਇਹਨਾਂ ਦਾ ਘਰ ਆ, ਉਹਨਾਂ ਨੇ ਸਾਡੇ 'ਤੇ ਹਮਲਾ ਕਰ ਦਿੱਤਾ। ਇਹੋ ਗੱਲ ਹੋਈ, ਮੇਰੀ ਕੋਈ ਕਿਸੇ ਨਾਲ ਦੁਸ਼ਮਣੀ ਨਹੀਂ। ਗੋਲੀ 3 ਖੋਲ ਮਿਲੇ ਚੱਲੀਆਂ, 4-5 ਚੱਲੀਆਂ, 3 ਖੋਲ ਮਿਲੇ ਹੈਗੇ ਨੇ। ਲੋਕ ਤਾਂ ਸ਼ਾਮ ਦਾ ਟਾਈਮ ਹੀ ਕੋਈ 5:30-6 ਦਾ ਹਨੇਰਾ ਹੋ ਜਾਂਦਾ। 5 ਮੁੰਡੇ ਹੈਗੇ, 5-6 ਮੁੰਡੇ ਗਾਂਧੀ ਨਗਰ ਕੈਂਪ ਬਟਾਲਾ ਮੁੰਡੇ। ਸਰ ਇੱਕ ਮੁੰਡਾ ਜਿਹੜਾ ਸਾਡੇ ਘਰ ਆਇਆ, ਜਿਹੜਾ ਪਹਿਲਾਂ ਵਰਿਆ ਆ ਕੇ, ਉਹਦੀ ਸਾਨੂੰ ਪਛਾਣ ਆ। ਉਹ ਕੰਧ ਟੱਪ ਕੇ ਉਹਨਾਂ ਦੇ ਨਾਲ, ਮੈਨੂੰ ਨਹੀਂ ਪਤਾ ਉਹਨੇ ਕਿਹਦੇ ਨਾਲ ਉਹਨਾਂ ਦਾ ਝਗੜਾ ਹੋਇਆ ਦਾ, ਕਿਹਨਾਂ ਦੇ ਨਾਲ ਨਹੀਂ, ਉਹ ਉਹਨੂੰ ਪਤਾ ਹੈਗਾ, ਮੈਨੂੰ ਕਿਸੇ ਬੰਦੇ ਦਾ ਨਹੀਂ ਗਾ ਪਤਾ। ਮੇਰੇ ਤੇ ਆ ਮੈਂ ਦਾਤਰ ਦੇ ਨਾਲ ਛਡਾਉਂਦਾ ਰਿਹਾ ਮੁੰਡੇ ਕੋਲ, ਮੈਂ ਉਹਨੂੰ ਕਹਿੰਦਾ ਰਿਹਾ ਕਿ ਭਰਾ ਸਾਡੇ ਝਗੜਾ ਨਹੀਂ ਹੈਗਾ, ਸਾਡੀ ਕੋਈ ਲੜਾਈ ਨਹੀਂ, ਤੁਹਾਡੇ ਨਾਲ ਹੈਗੀ, ਜਿਹਨਾਂ ਨਾਲ ਹੈਗੀ ਤੁਸੀਂ ਉਹਨਾਂ ਨਾਲ ਕਰੋ ਜਾ ਕੇ, ਅਤੇ ਤੁਸੀਂ ਸਾਡੇ ਨਾਲ ਕਿਉਂ? ਇਹਨੇ ਨਾ ਮੈਂ ਉਹਦਾ ਦਾਤਰ ਫੜਿਆ ਅਤੇ ਮੇਰੀ ਲੱਤ ਦੇ ਉੱਤੇ ਉਹਨਾਂ ਕੋਈ ਦੂਜੇ ਨੇ ਬਾਹਰ ਖੜਾ ਸੀ ਗਲੀ ਦੇ ਵਿੱਚ, ਉਹਨੇ ਗੋਲੀ ਮਾਰ। ਪ੍ਰਸ਼ਾਸਨ ਕੋਲ ਕੀ ਮੰਗਣਾ, ਇਨਸਾਫ ਹੀ ਮੰਗਣਾ ਹੈ, ਹੋਰ ਹੀ ਕੀ ਮੰਗਣਾ ਜੀ? ਸਾਨੂੰ ਇਨਸਾਫ ਚਾਹੀਦਾ ਜੀ। ਮੈਂ ਗਰੀਬ ਬੰਦਾ, ਰਿਕਸ਼ਾ ਚਲਾਉਂਦਾ, ਮੇਰੇ 3 ਬੱਚੇ ਆ, ਮੈਂ ਘਰ ਬਹਿ ਕੇ ਆਪਣਾ ਇਲਾਜ ਕਿੱਥੋਂ? ਮੇਰੇ ਬੱਚੇ ਦਾ, ਵੱਡੇ ਬੱਚੇ ਦਾ ਅੱਗੇ ਪੈਰ ਦਾ ਆਪਰੇਸ਼ਨ ਹੋਇਆ, ਮੈਂ ਅੱਗੇ ਕਰਜ਼ਾਈ ਹੋਇਆ ਦਾ, ਨਾ ਮੇਰੇ ਕੋਲ, ਮੈਂ ਮਿਹਨਤ ਕਰਨ ਵਾਲਾ ਬੰਦਾ, ਉਹ ਹੀ ਕਮਾਉਣਾ ਅਤੇ ਉਹ ਹੀ ਖਾਣਾ, ਨਾ ਮੇਰੇ ਕੋਲ ਇਲਾਜ ਕਰਵਾਉਣ ਜੋਗੇ ਪੈਸੇ ਹੋਣਗੇ, ਨਾ ਮੇਰੀ ਕਿਸੇ ਨੇ ਮਦਦ ਕਰਨੀ। ਹਾਂਜੀ, ਮੇਰੀ ਕੋਈ ਲੜਾਈ ਨਹੀਂ, ਕੋਈ ਦੁਸ਼ਮਣੀ ਨਹੀਂ, ਕੋਈ ਝਗੜਾ ਨਹੀਂ। ਇਹਨਾਂ ਅਸ਼ੋਕ ਕੁਮਾਰ ਪੇਸ਼ੈਂਟ ਆ, ਇਹਦੇ ਗੋਲੀ ਲੱਗੀ ਆ, ਉਹਦੀ ਅਸੀਂ ਡਾਕਟਰ ਸਾਹਿਬ ਨੇ ਉਹਦਾ ਬੇਸਿਕ ਮੁਲਾਜ਼ਾ ਕਰਕੇ ਸਾਨੂੰ ਕੱਟੇ ਦਿੱਤਾ ਅਤੇ ਦੱਸ ਦਿੱਤਾ, ਅਤੇ ਉਹਦੇ ਮੁਤਾਬਕ ਅਸੀਂ ਸਟੇਟਮੈਂਟ ਲਿਖ ਲਈ ਅਤੇ ਬਣਦੀ ਕਾਰਵਾਈ ਜਿਹੜੀ ਅਸੀਂ ਸਟਾਰਟ ਕਰ। ਇਹ ਗਾਂਧੀ ਕੈਂਪ ਦਾ ਸਰ, ਗੋਲੀ ਉਹਦੀ ਰਾਈਟ ਲੈਗ ਦੇ ਗਿੱਟੇ ਲੱਗੇ, ਕੱਲ੍ਹ ਵੀ ਅਸੀਂ ਐਫ ਆਈ ਆਰ ਰਜਿਸਟਰ ਕਰਨਾ। ਅਜੇ ਛੋਟੇ ਨਾਂ ਆ, 100% ਕਲੀਅਰ ਨਹੀਂ ਹੈ, ਬਾਕੀ ਫੈਮਿਲੀ ਨੂੰ ਕਲੀਅਰ ਕਰਕੇ ਅਤੇ ਫਿਰ ਅਸੀਂ ਉਹਨਾਂ ਦੇ ਖਿਲਾਫ਼ ਬਣਦੀ ਕਰ।